ਸ਼ਾਤਰੀਆ ਕਾਲ ਬੱਚਿਓ ਸੋ ਅੱਜ ਅਸੀਂ ਪੰਜਾਬੀ ਦੀ ਜਮਾਤ ਵਿੱਚ ਮੁਹਾਵਰੇਆਂ ਬਾਰੇ ਪੜ੍ਹਾਂਗੇ। ਤੋਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਮੁਹਾਵਰੇ ਹੁੰਦੇ ਕੀ ਹਨ। ਮੁਹਾਵਰਿਆਂ ਨੂੰ ਪੰਜਾਬੀ ਭਾਸ਼ਾ ਦੀ ਜਿੰਦ ਜਾਨ ਮੰਨਿਆ ਜਾਂਦਾ ਹੈ। ਗੱਲਬਾਤ ਵਿੱਚ ਮੁਹਾਵਰਿਆਂ ਦੀ ਬਹੁਤ ਹੀ ਜ਼ਿਆਦਾ ਮਹੱਤਤਾ ਮੰਨੀ ਗਈ ਹੈ। ਇਹ ਬੋਲੀ ਦੇ ਵਿੱਚ ਜਾਨ ਪਾ ਦਿੰਦੇ ਹਨ। ਸੂ ਮਹਾਵਰਾ ਸ਼ਬਦਾਂ ਦਾ ਇੱਕ ਅਜੀਹਾ ਸਮੂਹ ਹੈ ਜੋ ਸਥਿਤੀ ਮੁਤਾਬਕ ਵਰਤਿਆ ਜਾਂਦਾ ਹੈ। ਇਸ ਦੇ ਸ਼ਾਬਦਿਕ ਅਰਥ ਹੋਰ ਹੁੰਦੇ ਹਨ ਤੇ ਅੰਦਰੂਨੀ ਅਰਥ ਕੁਝ ਹੋਰ ਹੁੰਦੇ ਹਨ। ਆਓ ਹੁਣ ਅਸੀਂ ਕੁਝ ਉਦਾਹਰਨਾਂ ਦੇ ਰਾਹੀਂ ਇਹਨਾਂ ਦੇ ਦੋਵਾਂ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰਤੀ ਹਾਂ। ਸੋ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਨੰਬਰ 1 ਹੈ 우ਸਤਾਦੀ ਕਰਨੀ। 우ਸਤਾਦੀ ਕਰਨੀ ਦਾ ਭਾਵ ਹੈ ਚਲਾਕੀ ਕਰਨੀ। ਕਈ ਲੋਕ ਉਸਤਾਦੀ ਕਰਨ ਵਿੱਚ નિਪੁੰਨ ਹੁੰਦੇ ਹਨ ਤੁਹਾਨੂੰ ਜਦੋਂ 'ਕਮਹਾਵਰੇ' ਦਾ ਅਰਥ ਪਤਾ ਲੱਗ ਜਾਂਦਾ ਹੈ ਤਾਂ ਤੁਸੀਂ ਉਹਨੂੰ ਕਿਸੇ ਵੀ ਤਰ੍ਹਾਂ ਕਿਸੇ ਵੀ ਵਾਕ ਦੇ ਵਿੱਚ ਵਰਤ ਸਕਦੇ ਹੋ ਜ਼ਰੂਰੀ ਨਹੀਂ ਕਿ ਇਹੀ ਵਾਕ ਬਣਾਉਣਾ ਹੈ ਜੋ ਤੁਹਾਨੂੰ ਪੜਾਇਆ ਗਿਆ ਵੀਡੀਓ ਦੇ ਵਿੱਚ ਓਕੇ ਨੈਕਸਟ ਹੈ ਉਂਗਲ ਕਰਨੀ ਉਂਗਲ ਕਰਨੀ ਦਾ ਭਾਵ ਹੁੰਦਾ ਹੈ ਦੋਸ਼ ਲਗਾਉਣਾ ਕਿਸੇ ਵੱਲ ਐਵੇਂ ਉਂਗਲ ਕਰਨੀ ਚੰਗੀ ਗੱਲ ਨਹੀਂ ਹੁੰਦੀ ਨੈਕਸਟ ਹੈ 19 21 ਦਾ ਫਰਕ ਭਾਵ ਬਹੁਤ ਥੋੜਾ ਜਿਹਾ ਫਰਕ ਸੀਤਾ ਤੇ ਗੀਤਾ ਦੇ ਕੱਦ ਵਿੱਚ 19 21 ਦਾ ਹੀ ਫਰਕ ਹੈ ਅਸੀਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵੀ ਇਹੋ ਜਿਹੇ ਬਹੁਤ ਮੁਹਾਵਰੇ ਦੀ ਵਰਤੋਂ ਕਰਦੀਆਂ ਤੇ ਸੁਣਦੇ ਵੀ ਹਾਂ ਨੈਕਸਟ ਹੈ ਉੱਲੂ ਸਿੱਧਾ ਕਰਨਾ ਉੱਲੂ ਨੂੰ ਤਾਂ ਸਿੱਧਾ ਕੀਤਾ ਨਹੀਂ ਜਾ ਸਕਦਾ ਸੋ ਇਹਦੇ ਅੰਦਰੂਨੀ ਅਰਥ ਕੀ ਆ ਮਤਲਬ ਕੱਢਣਾ ਕਈ ਮਿੱਤਰ ਉੱਲੂ ਸਿੱਧਾ ਕਰਕੇ ਚਲਦੇ ਬਣਦੇ ਹਨ ਕੀ ਕਈ ਕਰਦੇ ਆ ਆਪਣਾ ਕੰਮ ਹੋਇਆ ਤੇ ਦੂਸਰੇ ਦਾ ਕੰਮ ਹੋਵੇ ਚਾਹੇ ਨਾ ਹੋਵੇ ਉਹਦੇ ਨਾਲ ਕੋਈ ਮਤਲਬ ਨਹੀਂ ਬਸ ਆਪਣਾ ਉੱਲੂ ਸਿੱਧਾ ਕੀਤਾ ਤੇ ਚੱਲ ਪਏ ਲਾਸਟ ਹੈ ਉੜੇਪਾਗ ਦਾ ਉੰਨ ਲਾਉਣਾ ਉੰਨ ਲਾਉਣ ਦਾ ਮਤਲਬ ਹੈ ਲੁੱਟਣਾ ਕਈ ਦੁਕਾਨਦਾਰ ਤਾਂ ਗੱਕਾਂ ਦੀ ਚੰਗੀ ਉੰਨ ਲਾਉਂਦੇ ਹਨ ਸੋ ਇਸੇ ਤਰ੍ਹਾਂ ਹੀ ਬਹੁਤ ਹੋਰ ਵੀ ਮੁਹਾਵਰੇ ਹਨ ਸੋ ਇਹ ਸਨ ਉਸਤਾਦੀ ਕਰਨੀ ਉਂਗਲ ਕਰਨੀ 19 21 ਦਾ ਫਰਕ ਉੱਲੂ ਸਿੱਧਾ ਕਰਨਾ ਉਨ ਲਾਉਣਾ ਸੋ ਅੱਗੇ ਇਸੇ ਤਰ੍ਹਾਂ ਐਡਾ ਅੱਖਰ ਦੇ ਮੁਹਾਵਰੇ ਆ ਪਹਿਲਾ ਹੈ ਅੱਖਾਂ ਦਿਖਾਉਣਾ ਅੱਖਾਂ ਦਿਖਾਉਣਾ ਮਤਲਬ ਡਰਾਉਣਾ ਆਪਾਂ ਕਈ ਵਾਰੀ ਦੇਖਦੇ ਨੇ ਛੋਟਾ ਬੱਚਾ ਗਲਤੀ ਕਰਦਾ ਤੇ ਉਹਨੂੰ ਆਪਾਂ ਘੂਰਦੇ ਆ ਭਾਵ ਕਿ ਅਸੀਂ ਉਹਨੂੰ ਅੱਖਾਂ ਦਿਖਾਉਂਦੇ ਆ ਆਪਣੇ ਅੱਖਾਂ ਦੇ ਡਰ ਨਾਲ ਡਰਾਉਣ ਦੀ ਕੋਸ਼ਿਸ਼ ਕਰਦੇ ਆ ਰਹਿਮਤ ਤਾਂ ਐਵੇਂ ਹੀ ਸਾਰਿਆਂ ਨੂੰ ਅੱਖਾਂ ਦਿਖਾਉਂਦਾ ਰਹਿੰਦਾ ਹੈ ਕਿ ਜਿਹੜਾ ਰਹਿਮਤ ਆ ਉਹ ਸਾਰਿਆਂ ਨੂੰ ਡਰਾਉਂਦਾ ਹੀ ਰਹਿੰਦਾ ਹੈ ਉਸ ਤੋਂ ਅੱਗੇ ਹੈ ਅੱਗ ਲਾਉਣਾ ਸੋ ਅੱਗ ਲਾਉਣਾ ਕੀ ਆ ਲੜਾਉਣਾ ਤਰਸੀਮ ਤੈਨੂੰ ਤਾਂ ਬਸ ਅੱਗ ਲਾਉਣ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਸੋ ਇਹਦੇ ਵਿੱਚ ਵੀ ਉਹੀ ਦੱਸਿਆ ਗਿਆ ਕਿ ਇਹਦੇ ਜਿਹੜੇ ਬਾਹਰੀ ਅਰਥ ਆ ਕੁਝ ਹੋਰ ਆ ਤੇ ਅੰਦਰੂਨੀ ਅਰਥੇ ਦੇ ਕੁਝ ਹੋਰ ਆ ਅੱਗ ਲਾਉਣਾ ਤਾਂ ਆਪਾਂ ਨਾਰਮਲ ਵੀ ਕਹਿ ਦਿੰਨੇ ਆ ਕਿ ਇੱਥੇ ਅੱਗ ਲੱਗ ਗਈ ਜਾਂ ਉੱਥੇ ਅੱਗ ਅੱਗ ਸੱਚੀ ਚ ਨਹੀਂ ਲਾਉਣਾ ਭਾਵ ਕਿਸੇ ਦੀ ਲੜਾਈ ਕਿਸੇ ਦੇ ਨਾਲ ਕਰਵਾਉਣਾ ਗੱਲ ਨੂੰ ਵਦਾ ਚੜਾ ਕੇ ਦੱਸਣਾ ਉਹਨੂੰ ਕਹਿੰਦੇ ਆ ਅੱਗ ਲਗਾਉਣਾ ਸੋ ਪਿਆਰੀ ਵਿਦਿਆਰਥੀਓ ਮੈਨੂੰ ਆਸ ਹੈ ਕਿ ਤੁਹਾਨੂੰ ਇਨ੍ਹਾਂ ਮੁਹਾਵਰਿਆਂ ਦੀ ਮਦਦ ਦੇ ਨਾਲ ਦੂਜੇ ਮੁਹਾਵਰਿਆਂ ਦੀ ਵੀ ਸਮਝ ਆ ਜਾਏਗੀ ਸੋ ਮੈਂ ਆਸ ਕਰਦੀ ਹਾਂ ਕਿ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਨੂੰ ਮੁਹਾਵਰਿਆਂ ਬਾਰੇ ਚੰਗੀ ਤਰ੍ਹਾਂ ਜਾਣਕਾਰੀ ਪ੍ਰਾਪਤ ਹੋ ਜਾਵੇਗੀ ਧੰਨਵਾਦ